ਸੋ ਅੱਜ ਆਪਾਂ ਗੱਲ ਕਰਾਂਗੇ ਮੋਨੀਟਰ ਬਾਰੇ, ਜਿਹੜਾ ਮੈਂ ਡੇ ਟੂ ਡੇ ਆਪਣੀ ਲਾਈਫ ਦੇ ਵਿੱਚ ਯੂਜ਼ ਕਰਦਾ ਹਾਂ ਆਪਣੇ ਕੰਮ ਕਰਨ ਦੇ ਲਈ, ਚਾਹੇ ਉਹ ਥੋੜ੍ਹਾ ਬਹੁਤ ਫੋਟੋ ਐਡੀਟਿੰਗ, ਚਾਹੇ ਉਹ ਵੀਡੀਓ ਐਡੀਟਿੰਗ, ਜਾਂ ਫਿਰ ਉਹ ਵੈਬਸਾਈਟ ਡਿਵੈਲਪਮੈਂਟ ਆ। ਜਿਹੜਾ ਮੋਨੀਟਰ ਮੈਂ ਯੂਜ਼ ਕਰ ਰਿਹਾ ਉਹਦਾ ਨਾਮ ਹੈਗਾ ਐਲ ਜੀ UL 550। ਇਹ ਇੱਕ 4K ਮੋਨੀਟਰ ਆ ਜਿਹੜਾ ਮੈਂ ਰੀਸੈਂਟਲੀ ਬਾਏ ਕੀਤਾ ਆ Amazon.com ਤੋਂ। ਐਂਡ ਟੂ ਬੀ ਓਨੈਸਟ, ਮੈਂ ਬਹੁਤ ਜ਼ਿਆਦਾ ਇਹ ਰਿਸਰਚ ਕਰਕੇ ਇਹ ਮੋਨੀਟਰ ਬਾਏ ਕੀਤਾ ਆ। ਮੈਂ ਬਹੁਤ ਜ਼ਿਆਦਾ ਦੇਖ ਰਿਹਾ ਸੀ ਡਿਫਰੈਂਟ ਡਿਫਰੈਂਟ ਕੰਪਨੀਜ਼ ਦੇ ਮੋਨੀਟਰ, ਅਤੇ ਜਿਹੜੀ ਮੇਰੀ ਮੇਨ ਪ੍ਰੈਫਰੈਂਸ ਸੀਗੀ ਉਹ ਇਹ ਸੀ ਕਿ ਜਿਹੜਾ ਮੋਨੀਟਰ ਹੋਵੇ ਉਹ 4K ਰੈਜ਼ੋਲਿਊਸ਼ਨ ਹੋਵੇ, ਐਂਡ ਉਹ HDR10 ਦੀ ਸਪੋਰਟ ਹੋਵੇ ਉਹਦੇ ਵਿੱਚ, ਅਤੇ ਉਹਦਾ ਜਿਹੜਾ ਸਾਈਜ਼ ਆ ਉਹ 27 ਇੰਚ ਐਟਲੀਸਟ ਹੋਵੇ। ਐਂਡ ਇਹ ਇੱਕ ਪਰਫੈਕਟ ਕੰਬੀਨੇਸ਼ਨ ਸੀਗਾ ਸਾਰੀ ਚੀਜ਼ਾਂ ਦਾ, ਸੋ ਇਸ ਕਰਕੇ ਇਹ ਮੈਂ ਮੋਨੀਟਰ ਬਾਏ ਕੀਤਾ। ਮੈਨੂੰ ਨਹੀਂ ਲੱਗਦਾ ਕਿ ਇਸ ਕੰਬੀਨੇਸ਼ਨ ਦੇ ਵਿੱਚ, ਇਸ ਬਜਟ ਦੇ ਵਿੱਚ ਕੋਈ ਹੋਰ ਮੋਨੀਟਰ ਹੈਗਾ ਆ। ਇਹਦਾ ਜਿਹੜਾ ਮੈਨੂੰ ਪ੍ਰਾਈਸ ਪਿਆ ਹੈਗਾ ਉਹ ਮੈਨੂੰ ਪਿਆ ਹੈਗਾ 22,780 ਰੁਪੀਜ਼, ਜਿਹਦੇ ਵਿੱਚ ਮੈਨੂੰ 2,800 ਦਾ ਮੈਨੂੰ ਡਿਸਕਾਊਂਟ ਮਿਲ ਗਿਆ ਸੀਗਾ ਕ੍ਰੈਡਿਟ ਕਾਰਡ ਤੋਂ। ਇਹਦੀ ਸਪੈਕਸ ਦੀ ਗੱਲ ਕਰੀਏ, ਜਿੱਦਾਂ ਮੈਂ ਸਟਾਰਟਿੰਗ ਗੱਲ ਕੀਤੀ ਕਿ 4K ਮੋਨੀਟਰ ਹੋਣ ਕਰਕੇ ਜਿਹੜੀ ਇਹਦੀ ਜਿਹੜੀਆਂ ਟੈਕਸਟ ਨੇ ਜਾਂ ਵੀਡੀਓ ਕੁਆਲਿਟੀ ਤੁਹਾਨੂੰ ਕਲੀਨ ਅਤੇ ਕ੍ਰਿਸਪ ਨਜ਼ਰ ਆਊਗੀ, ਜਿਹਦੇ ਨਾਲ ਜਿਹੜਾ ਤੁਹਾਡਾ ਮੂਵੀ ਦੇਖਣ ਦਾ ਐਕਸਪੀਰੀਅੰਸ ਹੈਗਾ ਆ ਜਾਂ ਤੁਸੀਂ ਕੁਛ ਰੀਡ ਕਰ ਰਹੇ ਹੋ ਜਿਹੜਾ ਉਹਦਾ ਐਕਸਪੀਰੀਅੰਸ ਆ ਉਹ ਇੱਕਦਮ ਅਲਟੀਮੇਟ ਰਹੂਗਾ। ਸੋ ਹੁਣ ਆਪਾਂ ਗੱਲ ਕਰਦੇ ਹਾਂ ਗੇਮਿੰਗ ਦੀ। ਇਹ ਜਿਹੜਾ ਮੋਨੀਟਰ ਮੈਂ ਯੂਜ਼ ਕਰ ਰਿਹਾ, ਇਹਦੇ 'ਤੇ ਮੈਂ ਗੇਮਿੰਗ ਵੀ ਕਰਕੇ ਦੇਖੀ, ਜਿਵੇਂ ਘੋਸਟ ਆਫ ਤਸ਼ੀਮਾ, ਰੈਡ ਡੈਡ ਰਿਡੈਂਪਸ਼ਨ, ਇਹ ਦੋ ਗੇਮਾਂ ਇੱਥੇ ਮੈਂ ਖੇਡੀਆਂ ਸੀਗੀਆਂ 4K ਰੈਜੋਲਿਊਸ਼ਨ ਵਿੱਚ। ਇੱਕ ਚੀਜ਼ ਆ, ਜੇ ਤੁਸੀਂ 4K ਮੋਨੀਟਰ ਹਾਲ ਤੱਕ ਨਹੀਂ ਯੂਜ਼ ਕੀਤਾ, 1080p ਮੋਨੀਟਰ ਯੂਜ਼ ਕਰ ਰਹੇ ਹੋ, ਤਾਂ ਇੱਕ ਮੈਂ ਚੀਜ਼ ਤੁਹਾਨੂੰ ਕਹਿਣਾ ਚਾਹੂੰਗਾ ਕਿ ਜਦੋਂ ਤੁਸੀਂ 4K ਮੋਨੀਟਰ ਯੂਜ਼ ਕਰ ਲਿਆ, 1080p ਮੋਨੀਟਰ ਯੂਜ਼ ਕਰੋਗੇ ਨਹੀਂ, ਕਿਉਂਕਿ ਦ ਮੋਮੈਂਟ ਯੂ ਸਟਾਰਟ ਯੂਜ਼ਿੰਗ ਇਟ, ਜਿਹੜੇ ਟੈਕਸਟ ਨੇ ਤੁਹਾਨੂੰ ਜਦੋਂ ਕਲੀਨ ਅਤੇ ਕ੍ਰਿਸਪ ਨਜ਼ਰ ਆਓਗੇ, ਉਸ ਤੋਂ ਬਾਅਦ ਤੁਹਾਨੂੰ ਲੱਗੂਗਾ ਯਾਰ ਜਦੋਂ ਤੁਸੀਂ 1080p ਮੋਨੀਟਰ ਯੂਜ਼ ਕਰੋ, ਤੁਸੀਂ ਕਹੋਗੇ ਯਾਰ ਇਹ ਬਲਰੀ ਨਜ਼ਰ ਆ ਰਿਹਾ ਮੈਨੂੰ, ਤੁਹਾਡੇ ਟੈਕਸਟ ਬਲਰੀ ਨੇ, ਕਲੀਨ ਨਹੀਂ ਹੈ, ਕ੍ਰਿਸਪ ਨਹੀਂ ਹੈਗੇ। ਸੋ ਇਹ ਸਭ ਤੋਂ ਮੇਜਰ ਮੈਂ ਕਹੂੰਗਾ ਵਿਨਰ ਹੈਗਾ ਇਨ ਟਰਮਸ ਆਫ ਕਲੈਰਿਟੀ। ਜਿਹੜਾ 27 ਇੰਚ ਸਾਈਜ਼ ਹੈਗਾ ਆ ਮੋਨੀਟਰ ਦਾ, ਇਹ ਮੇਰੇ ਅਕੋਰਡਿੰਗ ਇੱਕ ਪਰਫੈਕਟ ਸਾਈਜ਼ ਹੈਗਾ ਜਿੰਨਾ ਕੁ ਡਿਸਟੈਂਸ 'ਤੇ ਮੈਂ ਬੈਠਦਾ ਹਾਂ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਪੋਰਟਸ ਦੀ। ਇਹਦੇ ਵਿੱਚ ਦੋ HDMI ਪੋਰਟ ਨੇ ਅਤੇ ਇੱਕ ਹੈਗਾ ਡਿਸਪਲੇ ਪੋਰਟ। ਜਿਹੜਾ ਡਿਸਪਲੇ ਪੋਰਟ ਹੈਗਾ ਆ ਉਹਦੀ ਜਿਹੜੀ ਮੈਂ ਸੁਣਿਆ ਇੰਟਰਨੈਟ 'ਤੇ ਵੀ ਜਿਹੜੀ ਡਿਸਪਲੇ ਪੋਰਟ ਉਹਦੀ ਕੁਆਲਿਟੀ ਥੋੜ੍ਹੀ ਬੈਟਰ ਹੁੰਦੀ ਹੈ। ਅਤੇ ਡਿਸਪਲੇ ਪੋਰਟ ਨੂੰ ਮੈਂ ਆਪਣੇ ਯੂਜ਼ ਕਰਦਾ ਹਾਂ ਆਪਣੇ ਜਿਹੜਾ ਮੈਕਬੁੱਕ ਹੈਗਾ ਉਹਦੇ ਨਾਲ ਵੀ ਯੂਜ਼ ਕਰਕੇ ਦੇਖਿਆ ਮੈਂ, ਜਿਹੜਾ ਵਿੰਡੋਜ਼ ਆ ਵਿੰਡੋਜ਼ 'ਤੇ ਵੀ ਬਿਲਕੁਲ ਇਹ ਠੀਕ ਚੱਲ ਰਿਹਾ ਆ। ਹੁਣ ਗੱਲ ਕਰਦੇ ਹਾਂ HDR ਸਪੋਰਟ ਦੀ। ਯਾਰ ਜਿਹੜੀ HDR ਸਪੋਰਟ ਹੈਗੀ ਨਾ, HDR ਕਰਦਾ ਕਿ ਵੀ ਜਿਹੜੀ ਤੁਹਾਡੀ ਵੀਡੀਓ ਦੀ ਜਿਹੜੀ ਬ੍ਰਾਈਟਨੈਸ ਆ ਉਹਨੂੰ ਪਹਿਲਾਂ ਇਨਕਰੀਜ਼ ਕਰ ਦਿੰਦਾ, ਅਤੇ ਜਿਹੜੀ ਉਹਦੀ ਵਾਈਬ੍ਰੈਂਸ ਆ ਉਹ ਇਨਕਰੀਜ਼ ਹੋ ਜਾਂਦੀ ਹੈ, ਅਤੇ ਉਹਦੇ ਨਾਲ ਹੁੰਦਾ ਕਿ ਵੀ ਜਦੋਂ ਜਿਹੜੀ ਇਮੇਜ ਆ ਹੋਰ ਜ਼ਿਆਦਾ ਸ਼ਾਰਪ ਨਜ਼ਰ ਆਉਂਦੀ ਆ, ਐਂਡ ਡਿਫਰੈਂਸ ਡੈਫੀਨੇਟਲੀ ਦੇਖਣ ਵਾਲਾ ਹੁੰਦਾ ਜਦੋਂ ਵੀਡੀਓ ਪਲੇ ਹੁੰਦੀਆਂ ਨੇ। ਮੈਂ ਜਦੋਂ ਗੇਮਿੰਗ ਕੀਤੀ, ਜਦੋਂ ਮੈਂ ਗੇਮਿੰਗ ਖੇਡ ਰਿਹਾ ਸੀਗਾ, ਖਾਸ ਕਰਕੇ ਘੋਸਟ ਆਫ ਤਸ਼ੀਮਾ ਮੈਂ ਜਦੋਂ ਖੇਡੀ ਆ, ਉਹ ਮੈਂ ਕੋਸ਼ਿਸ਼ ਕੀਤੀ ਵੀ ਜਿੰਨੀ ਵੀ ਗੇਮ ਖੇਡੀ ਆ ਸਾਰੀ HDR ਅਨੇਬਲ ਕਰਕੇ ਖੇਡੀ, ਕਿਉਂਕਿ ਉਹਦੇ ਨਾਲ ਜਿਹੜੀ ਇਮੇਜ ਦੀ ਕੁਆਲਿਟੀ ਸੀਗੀ ਹੋਰ ਬੈਟਰ ਨਜ਼ਰ ਆ ਰਹੀ ਸੀਗੀ। ਐਂਡ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਜਦੋਂ ਆਪਾਂ ਕੋਈ ਵੀ ਸਿਨੇਮਾ ਨੂੰ ਐਕਸਪੀਰੀਅੰਸ ਕਰ ਰਹੇ ਹਾਂ, ਕੋਈ ਇੱਦਾਂ ਦੀ ਐਂਟਰਟੇਨਮੈਂਟ ਵਾਲੀ ਚੀਜ਼ ਨੂੰ ਐਕਸਪੀਰੀਅੰਸ ਕਰਦੇ ਹਾਂ, ਗੇਮਿੰਗ, ਮੂਵੀਜ਼। ਤਾਂ ਇਸ ਕਰਕੇ ਕਿਤੇ ਨਾ ਕਿਤੇ HDR ਮੋਨੀਟਰ ਹੋਣ ਦੀ ਤੁਹਾਡੇ ਕੋਲ ਐਡਵਾਂਟੇਜ ਹੈਗੀ ਆ, ਖਾਸ ਕਰਕੇ ਜੇ ਤੁਹਾਡੇ ਕੋਲ ਆਈਫੋਨ ਹੈਗੇ ਨੇ, ਕਿਉਂਕਿ ਆਈਫੋਨ ਦੇ ਵਿੱਚ HDR ਦੀ ਆਪਸ਼ਨ ਹੁੰਦੀ ਆ। HDR ਆਪਸ਼ਨ ਦੇ ਨਾਲ ਉਹ ਵੀਡੀਓ ਦੀ ਜਿਹੜੀ ਜਿਹੜੀ ਬ੍ਰਾਈਟਨੈਸ ਆ ਉਹ ਬਹੁਤ ਵਧੀਆ ਤਰੀਕੇ ਨਾਲ ਨਜ਼ਰ ਆਉਂਦੀ ਹੈ। ਹੁਣ ਗੱਲ ਕਰਦੇ ਹਾਂ ਇਹਦੀ ਵਾਰੰਟੀ ਦੀ। ਵਾਰੰਟੀ ਮੈਨੂੰ LG 3 ਸਾਲ ਦੀ ਵਾਰੰਟੀ ਪ੍ਰੋਵਾਈਡ ਕਰਦਾ, ਬਟ ਇਹ ਮੋਨੀਟਰ ਬਹੁਤ ਵਧੀਆ ਚੱਲਦੇ ਆ, ਕੋਈ ਜ਼ਿਆਦਾ ਖਾਸ ਪ੍ਰੋਬਲਮ ਆਉਂਦੀ ਨਹੀਂ ਹੈਗੀ ਇਹਨਾਂ ਵਿੱਚ। ਐਂਡ ਲੁੱਕਵਾਈਜ਼ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਜਿਹੜੀ ਲੁੱਕਵਾਈਜ਼ ਥੋੜ੍ਹਾ ਜਿਹਾ ਠੀਕ ਹੈਗਾ ਆ, ਜਿਹੜੀਆਂ ਇਹਦੇ ਬੇਜ਼ਲਸ ਨੇ ਉਹ ਨੋਟਿਸੇਬਲ ਬੇਜ਼ਲਸ ਹੈਗੀਆਂ ਨੇ, ਕਿਉਂਕਿ ਇਹ ਜਿਹੜਾ ਮਾਡਲ ਹੈਗਾ 2021 ਮਾਡਲ ਆ, ਅਤੇ ਉਦੋਂ ਬੇਜ਼ਲ ਥੋੜ੍ਹੀ ਮੋਟੀਆਂ ਸੀਗੀਆਂ, ਐਂਡ ਜਿਸ ਕਰਕੇ ਥੋੜ੍ਹਾ ਜਿਹਾ ਨੋਟਿਸੇਬਲ ਚੀਜ਼ਾਂ ਹੈਗੀਆਂ ਨੇ। ਇਹ ਮੈਨੂੰ ਇੱਕ ਚੀਜ਼ ਜਿਹੜੀ ਥੋੜ੍ਹੀ ਜਿਹੀ ਇਹਦੇ 'ਚ ਆਈ ਮੀਨ ਕਹਾਂ ਵੀ ਥੋੜ੍ਹੀ ਡਿਸਐਡਵਾਂਟੇਜ ਲੱਗੀ ਹੈ ਥੋੜ੍ਹੀ ਮੋਟੀ ਬੇਜ਼ਲਸ ਹੋਣ ਕਰਕੇ, ਬਟ ਇਹ ਵੰਸ ਜਦੋਂ ਇੱਕ ਵਾਰ ਤੁਸੀਂ ਯੂਜ਼ ਟੂ ਹੋ ਜਾਓ ਇਹ ਚੀਜ਼ਾਂ ਦੇ, ਫਿਰ ਤੁਹਾਨੂੰ ਉਹ ਜ਼ਿਆਦਾ ਅਜੀਬ ਨਹੀਂ ਲੱਗੂਗਾ, ਕਿਉਂਕਿ ਤੁਸੀਂ ਯੂਜ਼ ਟੂ ਹੋ ਜਾਂਦੇ ਹੋ, ਐਂਡ ਬਸ ਸਾਰਾ ਫਿਰ ਉਸ ਤੋਂ ਬਾਅਦ ਬਿਲਕੁਲ ਕੰਫਰਟੇਬਲੀ ਆਪਾਂ ਆਪਣਾ ਇੱਥੇ ਕੰਮ ਕਰ ਪਾਉਂਦੇ ਹਾਂ। ਸੋ ਇਹ ਸੀਗਾ ਮੇਰਾ ਅੱਜ ਦਾ ਰਿਵਿਊ LG ਦੇ ਮੋਨੀਟਰ ਨੂੰ ਲੈ ਕੇ। ਜੇ ਤੁਸੀਂ ਪਲੈਨ ਕਰ ਰਹੇ ਹੋ ਮੋਨੀਟਰ ਬਾਏ ਕਰਨਾ, ਤਾਂ ਤੁਹਾਡਾ ਬਜਟ 20-25,000 ਹੈਗਾ ਆ, ਤਾਂ ਇਹ ਇੱਕ ਬੈਸਟ
ਮੋਨੀਟਰ ਹੈਗਾ ਇਸ ਰੇਂਜ ਦੇ ਵਿੱਚ। ਲਿੰਕ ਮੈਂ ਡਿਸਕ੍ਰਿਪਸ਼ਨ 'ਚ ਮੈਂਸ਼ਨ ਕਰ ਦੂੰਗਾ, ਇੱਕ ਐਫਰਟ ਲਿੰਕ ਹੋਊਗਾ, ਜੇ ਤੁਸੀਂ ਐਫਰਟ ਲਿੰਕ 'ਤੇ ਕਲਿੱਕ ਕਰਕੇ ਬਾਏ ਕਰੋਗੇ ਤਾਂ ਡੈਫੀਨੇਟਲੀ ਉਹਦੇ ਨਾਲ ਮੈਨੂੰ ਹੈਲਪ ਹੋਊਗੀ। ਸੋ ਠੀਕ ਹੈ ਜੀ, ਇਹ ਸੀ ਅੱਜ ਦੀ ਵੀਡੀਓ ਜਿਹਦੇ 'ਚ ਮੈਂ ਡਿਸਕਸ ਕੀਤਾ ਮੋਨੀਟਰ ਬਾਰੇ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਬਾਏ।